ਬਾਬਾ ਸਾਵਨ ਸਿੰਘ ਜੀ ਇੱਕ ਭਾਰਤੀ ਸੰਤ ਸਨ ਅਤੇ ਗਿਆਨਵਾਨ ਸਤਿਗੁਰੂ। 1858 ਵਿੱਚ ਜਨਮੇ ਉਹ ਇੱਕ ਹੋਣਹਾਰ ਅਤੇ ਨੇਕ ਜਵਾਨ ਸਨ ਜਿਨ੍ਹਾਂ ਨੇ ਇੰਜੀਨੀਅਰਿੰਗ ਵਿੱਚ ਪੜ੍ਹਾਈ ਕੀਤੀ, ਜਿਸ ਨੇ ਉਹਨਾਂ ਨੂੰ ਇੱਕ ਸਬ ਡਿਵੀਜ਼ਨਲ ਅਫਸਰ ਬਣਾ ਦਿੱਤਾ ਸਰਕਾਰੀ ਵਿਭਾਗ ਵਿੱਚ। ਇੱਕ ਛੋਟੀ ਉਮਰ ਤੋਂ ਹੀ ਸਰਦਾਰ ਸਾਵਨ ਸਿੰਘ ਜੀ ਵੱਖੋ ਵੱਖਰੇ ਧਰਮਾਂ ਦੇ ਗ੍ਰੰਥਾਂ ਨੂੰ ਬਹੁਤ ਗੌਰ ਨਾਲ ਵਿਚਾਰਦੇ ਰਹਿੰਦੇ ਸਨ। ਮਿਲੇ ਧਾਰਮਿਕ ਯਾਤਰੂਆਂ ਨੂੰ ਅਤੇ ਲਗਾਤਾਰ ਤੰਗਦੇ ਰਹੇ ਪਰਮਾਤਮਾ ਲਈ। ਇੱਕ ਪਵਿੱਤਰ ਸੂਫੀ ਪਸਵੀ ਨਾਮ ਦੇ ਬਾਬਾ ਕਾਹਨ ਹੋਰਾਂ ਨੇ ਭਵਿੱਖਬਾਣੀ ਕੀਤੀ ਕਿ ਇੱਕ ਸਤਿਗੁਰੂ ਉਹਨਾਂ ਨੂੰ ਲੱਭ ਲੈਣਗੇ ਉਹਨਾਂ ਨੂੰ ਦੀਖਿਆ ਦੇਣ ਲਈ। ਸੱਚਮੁੱਚ ਮਾਨਯੋਗ ਬਾਬਾ ਜੈਮਲ ਸਿੰਘ ਜੀ, ਜੋ ਪ੍ਰਸਿੱਧ ਸਨ ਬਾਬਾ ਜੀ ਮਹਾਰਾਜ ਵਜੋਂ, ਆਏ ਲੱਭਣ ਲਈ ਆਪਣੇ ਨਵੇਂ ਪੈਰੋਕਾਰ ਨੂੰ। ਸਰਦਾਰ ਸਾਵਨ ਸਿੰਘ ਜੀ ਆਖਿਰਕਾਰ ਬਣ ਗਏ ਬਾਬਾ ਜੀ ਦੇ ਗੱਦੀ ਨਸ਼ੀਨ ਅਤੇ ਦੂਜੇ ਸਤਿਗੁਰੂ ਰਾਧਾ ਸਵਾਮੀ ਸਤਸੰਗ ਵਿਆਸ ਦੇ RSSB 1903 ਤੋਂ ਲੈ ਕੇ 1948 ਤੱਕ। ਜਦੋਂ ਪ੍ਰਸਾਰ ਕਰ ਰਹੇ ਸਨ ਭਰਾਤਰੀ ਭਾਵ ਅਤੇ ਬਰਾਬਰੀ ਦਾ, ਇੱਕ ਵਿਆਕੁਲ ਸਮਾਜ ਵਿੱਚ ਆਪਣੇ ਬਹੁਤ ਸਾਰੇ ਕਿਸਮ ਦੇ ਪਿਆਰੇ ਕਾਰਜਾਂ ਦੁਆਰਾ ਬਾਬਾ ਸਾਵਨ ਸਿੰਘ ਜੀ ਨੇ ਰੂਹਾਨੀ ਤੌਰ 'ਤੇ ਜਾਗਰੂਕ ਕੀਤਾ। ਬਹੁਤ ਸਾਰੇ ਲੋਕਾਂ ਨੂੰ ਬਖਸ਼ਿਸ਼ ਦਿੰਦੇ ਹੋਏ ਸੁੱਤ ਸ਼ਬਦ ਯੋਗ ਵਿਧੀ ਦੀ ਅੱਜ ਉਹਨਾਂ ਦਾ ਅਜੇ ਵੀ ਪਿਆਰ ਅਤੇ ਸਤਿਕਾਰ ਕੀਤਾ ਜਾਂਦਾ ਹੈ ਮਹਾਨ ਸਤਿਗੁਰੂ ਵਜੋਂ। ਅੱਜ ਅਸੀਂ ਤੁਹਾਨੂੰ ਪੇਸ਼ ਕਰਦੇ ਹਾਂ ਸੰਕਲਨ ਬਾਬਾ ਸਾਵਨ ਸਿੰਘ ਜੀ ਦੀਆਂ ਚਿੱਠੀਆਂ ਵਿੱਚੋਂ ਜਿਹੜੀਆਂ ਛਾਪੀਆਂ ਗਈਆਂ ਹਨ ਇੱਕ ਕਿਤਾਬ ਦੇ ਰੂਪ ਵਿੱਚ, ਸਿਰਲੇਖ ਰੂਹਾਨੀ ਰਤਨ। ਜੇਕਰ ਸੰਤ ਲੋਕਾਂ ਨੂੰ ਬਦਲਣ ਕਰਾਮਾਤਾਂ ਦਿਖਾ ਕੇ ਸਮੁੱਚੀ ਆਬਾਦੀ ਉਹਨਾਂ ਦਾ ਪਿੱਛਾ ਕਰੇਗੀ, ਕਿਉਂਕਿ ਇਹ ਬਿਲਕੁਲ ਵੀ ਮੁਸ਼ਕਲ ਨਹੀਂ ਹੋਵੇਗਾ ਉਹਨਾਂ ਸਾਰਿਆਂ ਲਈ ਇੱਕ ਮਰੇ ਹੋਏ ਆਦਮੀ ਨੂੰ ਜ਼ਿੰਦਾ ਕਰਨਾ, ਇੱਕ ਜਗ੍ਹਾ ਵਿੱਚ ਕਿਸੇ ਦੀ ਨਿਗਾਹ ਨੂੰ ਮੁੜ ਬਹਾਲ ਕਰਨਾ ਕਿਸੇ ਹੋਰ ਜਗ੍ਹਾ ਵਿੱਚ ਆਦਿ। ਪਰ ਨਹੀਂ, ਉਹ ਨਹੀਂ ਹੈ ਤਰੀਕਾ ਸੰਤਾਂ ਦਾ। ਭਾਵੇਂ ਇਹ ਸੱਚ ਹੈ ਕਿ ਜਿੱਥੇ ਕਿਤੇ ਵੀ ਇੱਕ ਸੁਗੰਧੀ ਕੱਢਣ ਵਾਲਾ ਅਤਰ ਰੱਖਦਾ ਹੈ ਜਾਂ ਆਪਣੀਆਂ ਵਸਤਾਂ ਨੂੰ ਪ੍ਰਦਰਸ਼ਨ ਕਰਦਾ ਹੈ, ਮਾਹੌਲ ਭਰ ਜਾਂਦਾ ਹੈ ਸੁਗੰਧ ਨਾਲ। ਜਿੱਥੇ ਕਿਧਰੇ ਵੀ ਸੰਤ ਵਸਦੇ ਹਨ, ਭਾਵੇਂ ਜੇਕਰ ਉਹ ਚਮਤਕਾਰ ਨਾ ਵੀ ਦਿਖਾਉਣ, ਲੋਕੀ ਜਾਣ ਲੈਂਦੇ ਹਨ ਕਿ ਉੱਥੇ ਕੁਝ ਚੀਜ਼ ਹੈ ਨਿਰਾਲੀ ਉਹਨਾਂ ਬਾਰੇ। ਤੁਸੀਂ ਜਾਣਦੇ ਹੋ ਕਿਵੇਂ ਮੈਂ ਆਪਣੀ ਲੱਤ ਤੋੜ ਬੈਠਾ ਸੀ? ਇੱਕ ਲੰਮੀ ਕਹਾਣੀ ਹੈ ਅਤੇ ਮੈਂ ਇਹ ਦੱਸੀ ਹੈ ਕਈ ਵਾਰ ਸਤਸੰਗ ਵਿੱਚ, ਸੱਚ ਦੀ ਸਵਾ ਇਕੱਠ ਵਿੱਚ। ਮੈਂ ਜਾਂਦਾ ਹੁੰਦਾ ਸੀ ਹਰ ਐਤਵਾਰ ਨੂੰ ਆਪਣੇ ਸਤਿਗੁਰੂ ਕੋਲ ਸਤਸੰਗ ਲਈ। ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਨਾ ਆਉਣ ਲਈ ਅਤੇ ਕਿਹਾ ਤੁਸੀਂ ਸਿੱਧਾ ਜਾਣਾ। ਉਹ ਹੈ ਮੇਰੀ ਮਾਂ ਨੂੰ ਘਰੇ ਮਿਲਣ ਜਾਣ ਤੋਂ ਬਾਅਦ ਮੈਨੂੰ ਵਾਪਸ ਮੁੜਨਾ ਪੈਣਾ ਹੈ ਸਿੱਧਾ ਪਹਾੜੀ ਇਲਾਕੇ ਨੂੰ, ਜਿੱਥੇ ਮੈਂ ਨੌਕਰੀ ਉੱਤੇ ਸੀ ਬਿਨਾਂ ਰੁਕਣ ਦੇ ਵਿਆਸ ਵਿਖੇ, ਜਿਵੇਂ ਮੈਂ ਆਮ ਕਰਦਾ ਹੁੰਦਾ ਸੀ। ਜਦੋਂ ਰੇਲ ਗੱਡੀ ਪਹੁੰਚੀ ਬਿਆਸ ਦੇ ਸਟੇਸ਼ਨ ਉੱਤੇ, ਮੈਂ ਦੇਖਿਆ ਮਹਾਰਾਜ ਜੀ ਬਾਬਾ ਜੈਮਲ ਸਿੰਘ ਜੀ ਖਲੋਤੇ ਉੱਥੇ ਪਲੇਟਫਾਰਮ ਉੱਤੇ। ਇਹ ਜਾਪਦਾ ਸੀ ਜਿਵੇਂ ਉਹ ਚਾਹੁੰਦੇ ਸੀ ਕੁਝ ਚੀਜ਼ ਕਹਿਣੀ ਪਰ ਚੁੱਪ ਰਹੇ। ਮੈਂ ਪਹਾੜੀ ਸਟੇਸ਼ਨ ਨੂੰ ਗਿਆ ਅਤੇ ਆਪਣੀ ਜ਼ਿੰਮੇਵਾਰੀ ਮੁੜ ਸ਼ੁਰੂ ਕੀਤੀ। ਇਹ ਮੇਰੀ ਆਦਤ ਸੀ ਪਕੜਨ ਦੀ ਆਪਣੇ ਘੋੜੇ ਦੀ ਯਾਦ ਨੂੰ ਅਤੇ ਉਹਦੇ ਉੱਤੇ ਸਵਾਰ ਹੋਣਾ ਜਦੋਂ ਉਹ ਕੋਲੋਂ ਦੀ ਲੰਘੇ। ਪਰ ਮੇਰੇ ਸੇਵਕ ਨੇ ਮੇਰੀ ਗੈਰ ਹਾਜ਼ਰੀ ਵਿੱਚ ਅਤੇ ਬਿਨਾਂ ਮੇਰੇ ਜਾਣਨ ਦੇ ਘੋੜੇ ਦੀ ਇਆਲ ਨੂੰ ਕੱਟ ਦਿੱਤਾ। ਮੈਂ ਧਿਆਨ ਨਹੀਂ ਦਿੱਤਾ ਸੀ ਉਹਦੇ ਵੱਲ ਅਤੇ ਜਿਉਂ ਹੀ ਮੈਂ ਇਆਲ ਨੂੰ ਪਕੜਿਆ ਮੇਰਾ ਹੱਥ ਤਿਲਕ ਗਿਆ ਅਤੇ ਮੈਂ ਡਿੱਗ ਪਿਆ ਅਤੇ ਮੇਰੀ ਲੱਤ ਟੁੱਟ ਗਈ। ਹੱਡੀ ਦੇ ਟੁੱਟਣ ਦਾ ਦਰਦ ਬਹੁਤ ਜ਼ਿਆਦਾ ਸੀ, ਕੋਈ ਸ਼ੱਕ ਨਹੀਂ
ਪਰ ਹੋਰ ਵੀ ਵਧੇਰੇ ਦੁੱਖ ਇਸ ਗੱਲ ਦਾ ਸੀ ਕਿ ਮੈਂ ਨਾ ਤਾਂ ਟੱਟੀ ਕਰਨ ਜਾ ਸਕਦਾ ਸੀ ਜਾਂ ਪਿਸ਼ਾਬ। ਡਾਕਟਰਾਂ ਨੇ ਇੱਥੋਂ ਤੱਕ ਸੋਚਿਆ ਕਿ ਇਹ ਮੁਸ਼ਕਿਲ ਹੋਵੇਗਾ ਮੇਰੇ ਲਈ ਜ਼ਿੰਦਾ ਰਹਿਣਾ। ਇਸ ਹਾਦਸੇ ਬਾਰੇ ਸੁਣਦਿਆਂ ਇੱਕ ਮੁਹੰਮਦਨ ਨਿਗਰਾਨ ਨੇ, ਜਿਹੜਾ ਮੇਰੇ ਇਲਾਕੇ ਨਾਲ ਸੰਬੰਧ ਰੱਖਦਾ ਸੀ, ਆਇਆ ਮੇਰੇ ਕੋਲ ਅਤੇ ਕਿਹਾ, ਮੈਂ ਤੁਹਾਡਾ ਆਪਣਾ ਬੰਦਾ ਹਾਂ, ਜਿਵੇਂ ਇੱਕ ਪਰਿਵਾਰਿਕ ਮੈਂਬਰ। ਮੈਂ ਤੁਹਾਡੀ ਜਗ੍ਹਾ ਦਾ ਹਾਂ, ਮੈਨੂੰ ਦੱਸੋ ਕਿਰਪਾ ਕਰਕੇ ਕਿਵੇਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਮੈਂ ਕਿਹਾ, ਮੇਰੇ ਬੱਚੇ ਪੜ੍ਹ ਰਹੇ ਹਨ ਰਿਹਾਇਸ਼ੀਆਂ ਵਜੋਂ ਇੱਕ ਸਕੂਲ ਵਿੱਚ ਅਤੇ 8 ਮੀਲ ਦੀ ਦੂਰੀ ਇਸ ਜਗ੍ਹਾ ਤੋਂ। ਮੈਂ ਨਹੀਂ ਚਾਹੁੰਦਾ ਉਹਨਾਂ ਨੂੰ ਪਤਾ ਲੱਗੇ ਇਸ ਹਾਦਸੇ ਬਾਰੇ। ਮੈਂ ਚਾਹੁੰਦਾ ਹਾਂ ਤੁਸੀਂ ਇੱਕ ਟੈਲੀਗ੍ਰਾਮ ਘੱਲੋ ਮਹਾਰਾਜ ਜੀ ਬਾਬਾ ਜੀ ਨੂੰ। ਉਹਨਾਂ ਨੇ ਟੈਲੀਗ੍ਰਾਮ ਘੱਲਿਆ ਅਤੇ ਜਦੋਂ ਬਾਬਾ ਜੀ ਨੂੰ ਮਿਲਿਆ ਟੈਲੀਗ੍ਰਾਮ, ਉਹਨਾਂ ਨੇ ਕਿਹਾ, ਖੈਰ ਜੇਕਰ ਸਤਿਗੁਰੂ ਚਾਹੁੰਦੇ ਹਨ ਉਹਨਾਂ ਨੂੰ ਲਿਜਾਣਾ, ਉਹ ਲੈ ਜਾਣ, ਘੱਟੋ ਘੱਟ ਉਹਨਾਂ ਪਾਸ ਨਾਮ ਹੈ। ਪਰ ਮੇਰੀ ਭੈਣ ਨੇ ਭਰੋਸੇ ਨਾਲ, ਬੀਬੀ ਰੁਕੋ ਨੇ ਮੇਰੇ ਲਈ ਬੇਨਤੀ ਕੀਤੀ ਬਾਬਾ ਜੀ ਨੂੰ। ਇਹ ਬਾਬਾ ਜੀ ਦੀ ਆਦਤ ਸੀ ਸਾਧਨਾ ਅਭਿਆਸ ਵਿੱਚ ਜਾਣ ਦੀ, ਜਦੋਂ ਕੋਈ ਚੀਜ਼ ਮਹੱਤਵਪੂਰਨ ਵਾਪਰਨ ਦੀ ਉਮੀਦ ਹੋਵੇ, ਅਤੇ ਫਿਰ ਦਿੰਦੇ ਜੋ ਵੀ ਸੂਚਨਾ ਉਹਨਾਂ ਨੂੰ ਅੰਦਰੋਂ ਮਿਲਦੀ। ਉਹ ਬੈਠੇ ਅਭਿਆਸ ਵਿੱਚ 8 ਵਜੇ ਜਾਂ ਪਹਿਲਾਂ ਜਦੋਂ ਵੀ ਜਾਣਕਾਰੀ ਮਿਲੀ ਸੀ ਟੈਲੀਗ੍ਰਾਮ ਰਾਹੀਂ। ਤਿੰਨ ਵਜੇ ਸਵੇਰੇ ਉਹਨਾਂ ਨੇ ਬੁਲਾਇਆ ਬੀਬੀ ਰੁਕੋ ਨੂੰ ਅਤੇ ਉਹਨੇ ਪੁੱਛਿਆ ਕਿ ਮੈਂ ਤੁਹਾਡੇ ਲਈ ਭੋਜਨ ਲਿਆਵਾਂ। ਉਹਨਾਂ ਨੇ ਨਹੀਂ ਸੀ ਖਾਧਾ ਆਪਣਾ ਸ਼ਾਮ ਦਾ ਭੋਜਨ। ਬਾਬਾ ਜੀ ਨੇ ਉੱਤਰ ਦਿੱਤਾ, ਨਹੀਂ, ਪਰ ਤੁਸੀਂ ਕੋਈ ਚੀਜ਼ ਮੰਗੀ ਹੈ ਭਾਈ ਸਾਵਨ ਸਿੰਘ ਜੀ ਲਈ। ਹੁਣ ਤੁਸੀਂ ਦੱਸ ਸਕਦੇ ਹੋ ਸਾਵਨ ਸਿੰਘ ਜੀ ਨੂੰ ਕਿ ਉਹ ਨਹੀਂ ਜਾ ਰਹੇ, ਪਰ ਕਰਮ ਬਹੁਤ ਹੀ ਭਾਰੇ ਸਨ। ਇਹ ਨਿਯੁਕਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਦੁੱਖ ਭੋਗਣਾ ਪਵੇਗਾ 5 ਸਾਲਾਂ ਤੱਕ, ਪਰ ਹੁਣ ਅਸੀਂ ਕਰਮਾਂ ਨੂੰ 5 ਮਹੀਨਿਆਂ ਵਿੱਚ ਨਿਬੇੜ ਦੇਵਾਂਗੇ। ਕੀ ਇਹ ਕੋਈ ਗੱਲ ਨਹੀਂ ਹੈ? ਸਾਨੂੰ ਨਹੀਂ ਚਾਹੀਦਾ ਹੈ ਉਹਦੇ ਪਾਸ ਹੁਣੇ ਜਾਣਾ, ਪਰ ਬਾਅਦ ਵਿੱਚ ਜਾਵਾਂਗੇ ਜਦੋਂ ਉਹਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਇੰਨੇ ਸਮੇਂ ਵਿੱਚ ਤੁਸੀਂ ਸ਼ਾਇਦ ਦੱਸ ਦੇਵੋ ਕਿ ਟੈਲੀਗ੍ਰਾਮ ਉਹਨਾਂ ਦਾ ਮਿਲ ਗਿਆ ਹੈ। ਉਸ ਪਲ ਵਿੱਚ ਜਦੋਂ ਬਾਬਾ ਜੀ ਦਾ ਟੈਲੀਗ੍ਰਾਮ ਮਿਲਿਆ, ਮੈਂ ਟੱਟੀ ਅਤੇ ਪਿਸ਼ਾਬ ਕਰਨ ਦੇ ਯੋਗ ਹੋ ਗਿਆ ਸੀ। ਸੰਤ ਆਪਣੀ ਦਿਆਲਤਾ ਦਰਸਾਉਂਦੇ ਹਨ, ਪਰ ਉਹ ਇਹਦੇ ਬਾਰੇ ਕਦੇ ਗੱਲ ਨਹੀਂ ਕਰਦੇ। ਹੁਣ ਜਦੋਂ ਮੈਂ ਇਸ ਹਾਲਤ ਵਿੱਚ ਪਿਆ ਸੀ, ਮੈਨੂੰ ਦੁੱਖ ਭੋਗਣਾ ਪਿਆ ਪੈਸੇ ਦੇ ਪੱਖੋਂ ਵੀ। ਮੈਂ ਆਪਣਾ ਸਬ ਡਿਵੀਜ਼ਨਲ ਭੱਤਾ ਗੁਆ ਬੈਠਾ, ਆਪਣੇ ਘੋੜੇ ਦਾ ਭੱਤਾ ਅਤੇ ਆਪਣੀ ਅੱਧੀ ਤਨਖਾਹ ਵੀ। ਚੀਫ ਇੰਜੀਨੀਅਰ ਬਹੁਤ ਹੀ ਰਹਿਮ ਦਿਲ ਸੀ ਮੇਰੇ ਪ੍ਰਤੀ। ਉਹਨੇ ਕਿਹਾ, ਜੇਕਰ ਤੁਸੀਂ ਕੇਵਲ ਆ ਸਕਦੇ ਹੋਵੋ ਦਫ਼ਤਰ ਨੂੰ ਹਰ ਰੋਜ਼ 1 ਦੈਂਡੀ ਪਾਲਕ ਵਿੱਚ, ਮੈਂ ਤੁਹਾਨੂੰ ਡਿਊਟੀ ਉੱਤੇ ਸਮਝਾਂਗਾ। ਪਰ ਮੈਨੂੰ ਬਹੁਤ ਹੀ ਸੰਦੇਹ ਅਤੇ ਡਰ ਸੀ ਕਿ ਮੇਰੀ ਲੱਤ ਅਜੇ ਕਮਜ਼ੋਰ ਸੀ, ਮੈਂ ਸ਼ਾਇਦ ਤਿਲਕ ਜਾਵਾਂ ਅਤੇ ਇੱਕ ਹੋਰ ਹਾਦਸਾ ਹੋ ਜਾਵੇ। ਮੁੱਖ ਇੰਜੀਨੀਅਰ ਨੇ ਉਸ ਤੋਂ ਬਾਅਦ ਮੈਨੂੰ ਇਜਾਜ਼ਤ ਦਿੱਤੀ 1 ਮਹੀਨੇ ਦੀ ਛੁੱਟੀ ਲਈ। ਮੈਂ ਸੋਚ ਰਿਹਾ ਸੀ ਜੇਕਰ ਮੈਂ ਫਿੱਟ ਹੋਵਾਂਗਾ ਕੰਮ ਕਰਨ ਲਈ 1 ਮਹੀਨੇ ਤੋਂ ਬਾਅਦ। ਅਗਲੇ ਸਵੇਰ ਮੈਂ ਮਿਲਿਆ ਕਮਾਂਡਿੰਗ ਇੰਜੀਨੀਅਰ ਨੂੰ ਅਤੇ ਉਹਨੇ ਕਿਹਾ, ਹੁਣ ਤੁਸੀਂ ਜਾ ਰਹੇ ਹੋ ਕੇਵਲ 1 ਮਹੀਨੇ ਲਈ। ਇਸ ਤੋਂ ਪਹਿਲਾਂ ਬਾਬਾ ਜੀ ਆਏ ਮੈਨੂੰ ਮਿਲਣ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਗੈਰ ਹਾਜ਼ਰ ਹੋਵਾਂਗਾ ਡਿਊਟੀ ਤੋਂ ਕੇਵਲ 1 ਹੋਰ ਮਹੀਨੇ ਲਈ। ਪਰ ਇਹ ਮੁਸ਼ਕਿਲ ਸੀ ਮੇਰੇ ਲਈ ਵਿਸ਼ਵਾਸ ਕਰਨਾ। 1 ਮਹੀਨਾ ਬੀਤ ਗਿਆ ਅਖੀਰ ਵਿੱਚ ਅਤੇ ਇੱਕ ਖੱਤ ਆਇਆ ਬਾਬਾ ਜੀ ਵੱਲੋਂ ਕਹਿੰਦਿਆਂ, ਅਸੀਂ ਲੋਕ ਨਹੀਂ ਆਉਂਦੇ ਇਸ ਸੰਸਾਰ ਵਿੱਚ ਆਪਣਾ ਕੰਮ ਕਰਨ ਲਈ, ਸਾਨੂੰ ਇੱਥੇ ਆਉਣਾ ਪੈਂਦਾ ਹੈ ਮਹਾਰਾਜ ਜੀ ਸਵਾਮੀ ਜੀ ਦੇ ਹੁਕਮਾਂ ਦੁਆਰਾ। ਜੇਕਰ ਉਹ ਰਾਜੀ ਹੋਣ ਉਹ ਕੰਮ ਸਾਡੇ ਤੋਂ ਕਰਵਾਉਂਦਾ ਹੈ। ਇਹ ਅਸੰਭਵ ਹੈ ਬਿਆਨ ਕਰਨਾ ਪਹੁੰਚ ਅਤੇ ਸ਼ਕਤੀ ਸੰਤਾਂ ਦੀ, ਪਰ ਯਕੀਨ ਹੈ ਜੇਕਰ ਸਤਿਗੁਰੂ ਚਾਹੇ ਉਹ ਇੱਥੋਂ ਤੱਕ ਪੱਥਰਾਂ ਤੋਂ ਵੀ
ਆਪਣਾ ਕੰਮ ਕਰਵਾ ਸਕਦੇ ਹਨ। ਰੋਸ਼ਨ ਦਰਸ਼ਕੋ, ਇਹ ਇੱਕ ਪ੍ਰਸੰਨਤਾ ਸੀ ਤੁਹਾਡਾ ਸਾਥ ਹੋਣਾ ਸਾਡੇ ਨਾਲ ਅੱਜ ਦੇ ਗਿਆਨ ਭਰਪੂਰ ਸ਼ਬਦਾਂ ਉੱਤੇ।